ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਭਗਵੰਤ ਮਾਨ ਸਰਕਾਰ ਦਾ ਇੱਕ ਮਹੀਨਾ ਪੂਰਾ ਕੰਨਾਂ ਫੈਸਲਿਆਂ ਤੇ ਹੋਇਆ ਅਮਲ ਕੀ 16 April ਨੂੰ ਪੰਜਾਬ ਹੱਕ ਲਈ ਉਵੇਗਾ ਵੱਡਾ ਅਲਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਆਪ ਸਰਕਾਰ ਨੇ ਆਪਣਾ ਉਹਦਾ ਸੰਭਾਲ ਲਏ ਹੋਏ 1 ਮਹੀਨਾ ਹੋ ਚੁੱਕਾ ਹੈ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਕਾਰਦਸ਼ੀਲ ਆਪ ਸਰਕਾਰ ਨੇ ਜਿੱਥੇ ਆਪਣੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਦਾ ਜਿਲ੍ਹ ਜਿੱਤਿਆ ਉੱਥੇ ਹੀ ਮਾਨ ਸਰਕਾਰ ਨੇ 1 ਮਹੀਨੇ ਦੇ ਸਫ਼ਰ 'ਚ ਕਈ ਵੱਡੇ ਫੈਸਲੇ ਲਾਏ ਹਨ ਆਪਣੇ ਕਾਰਜਕਾਲ ਦੇ 12 ਦਿਨਾਂ ਦੌਰਾਨ ਮਾਨ ਸਰਕਾਰ ਨੇ 12 ਵੱਡੇ ਫੈਸਲੇ ਲਾਏ ਸੀ ਜੇਕਰ ਸਹੀ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਸ਼ਾਸਨ ਪੂਰੀ ਤਰ੍ਹਾਂ ਬਦਲਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਨੇਤਾਵਾਂ ਦੀ ਸੁਰੱਖਿਆ 'ਚ ਕਟੌਤੀ ਕੀਤੀ ਸੀ ਭ੍ਰਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਰੀ ਕੀਤੀ ਸੀ 25 ਹਜ਼ਾਰ ਨੌਕਰੀਆਂ ਦੇਣ ਦਾ ਵਾਅਦਾ ਕੱਚੇ ਕਰਮਚਾਰੀਆਂ ਦੇ ਕੰਟਰੈਕਟ ਦੇ ਵਿੱਚ 1 ਸਾਲ ਦਾ ਵਾਅਦਾ 1 ਐਮਐਲ 1 ਪੈਨਸ਼ਨ ਅਸੈਂਬਲੀ ਦੀਆਂ ਕਾਰਵਾਈਆਂ ਦਾ ਲਾਈਵ ਟੈਲੀਕਾਸਟ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 23 ਮਾਰਚ ਨੂੰ ਸਰਕਾਰੀ ਛੁੱਟੀ ਸਰਕਾਰੀ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਅਤੇ ਡਾਕਟਰ ਬੀਆਰ ਅੰਬੇਦਕਰਨ ਦੀਆਂ ਫੋਟੋਆਂ ਲਾਉਣੀਆਂ ਵਿਧਾਇਕਾਂ ਨੂੰ ਜਨਤਾ ਦੇ ਨਾਲ ਰਹਿਣ ਦੇ ਆਦੇਸ਼ ਇਹ ਜਿਹੜੇ ਵੱਡੇ ਵੱਡੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਵੱਡੀ ਖਬਰ ਆਦੀ ਕਬੱਡੀ ਖਿਡਾਰੀ ਦੀ ਹਤਿਆ ਕਰਨ ਵਾਲਾ ਸ਼ਾਰਪ ਸ਼ੂਟਰ ਦੇਰਾਦੂਨ ਤੋਂ ਗ੍ਰਿਫਤਾਰ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਬੱਡੀ ਖਿਡਾਰੀ ਤਰਮਿੰਦਰ ਪਿੰਦਾ ਕਤਲ ਕੇਸ 'ਚ ਹਰਿਆਣਾ ਤੇ ਉੱਤਰਾਖੰਡ ਦੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਦੋਵੇਂ ਤਰਮਿੰਦਰ ਪਿੰਦਾ ਕਤਲ ਕੇਸ ਦੇ ਵਿੱਚ ਲੋੜਿੰਦੇ ਸਨ ਪਹਿਲਵਾਨ ਵਜੋਂ ਜਾਣੇ-ਜਾਣਦੇ ਪਿੰਡਾਂ ਨੂੰ ਪਟਿਆਲਾ ਜੂ ਮਾਰਿਆ ਗਿਆ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੇ ਉੱਤਰਾਖੰਡ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਗਠਿਤ ਏਜੀਟੀਐਫ ਦੀ ਇਹ ਪਹਿਲੀ ਕਾਰਵਾਈ ਹੈ ਪੰਜਾਬ ਦੇ ਵਿੱਚ ਦੋ ਕਿਸਾਨ ਆਗੂਆਂ ਨੇ ਐਮਐਸਪੀ ਲਈ ਕੇਂਦਰ ਦੇ ਵੱਲੋਂ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਬਨਨ ਤੋਂ ਕੀਤਾ ਇਨਕਾਰ ਪੰਜਾਬ ਦੇ ਮਾਝਾ ਖੇਤਰ ਵਿੱਚ ਦੋ ਵੱਡੇ ਕਿਸਾਨ ਨੇਤਾਵਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਵਰਨ ਸਿੰਘ ਪੰਦੇੜਾ ਤੇ ਸੀਮਾ ਖੇਤਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਰਤਨ ਸਿੰਘ ਰੰਦਾਵਾ ਨੇ ਕਟੋ-ਕਟ ਸਮਰਥਨ ਮੁੱਲ ਤੇ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਇਹ ਦੋਵੇਂ ਵੱਡੇ ਨੇਤਾ ਪੈਨਲ ਦਾ ਹਿੱਸਾ ਬਣਨ ਦੀ ਬਜਾਏ ਸਿਰਫ ਸੁਝਾਅ ਦੇਣ ਦੀ ਪੇਸ਼ਕਸ਼ ਕਰਨ ਦੀ ਗੱਲ ਕਰ ਰਹੇ ਹਨ Khabar, khabar, skendri, <coughs> Kendri, skendri, skendri, skishya, CBSE ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਪ੍ਰੀਖਿਆਵਾਂ ਦੇ ਫਾਰਮੈਟ 'ਚ ਹੋ ਸਕਦਾ ਵੱਡਾ ਬਦਲਾ CBSE ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ ਸਕੈਂਟਰੀ ਕੇਂਦਰੀ ਸਕੈਂਟਰੀ ਸਿੱਖਿਆ ਬੋਰਡ ਪ੍ਰੀਖਿਆਵਾਂ ਦੇ ਫਾਰਮੈਟ 'ਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਜੀ CBSE ਅਗਲੇ ਅਕਾਦਮਿਕ ਸੈਸ਼ਨ 'ਚ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕੋ ਪ੍ਰੀਖਿਆ ਫਾਰਮੈਟ ਦੇ ਵਿੱਚ ਕਰਾਇਆ ਜਾਣ ਦੀ ਸੰਭਾਵਨਾ ਹੈ ਦੱਸਦੀ ਹੈ 2021-22 ਅਕਾਦਮਿਕ ਸਾਲ ਲਈ CBSE ਨੇ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਜਮਾਤ ਦੀ ਬੋਰਡ ਪ੍ਰੀਖਿਆ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ ਜਿਸ ਨੂੰ ਟਰਮ 1 ਤੇ ਟਰਮ 2 ਕਿਹਾ ਜਾਂਦਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ CM ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਪ੍ਰਾਈਵੇਟ ਸਕੂਲ ਆਏ ਹਰਕਤ ਦੇ ਵਿੱਚ ਜਾਰੀ ਕੀਤੀ ਲਿਸਟ ਵੱਡੀ ਖਬਰਾਂ ਦੀ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਅਦੇ ਤੋਂ ਬਾਅਦ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪ੍ਰਾਈਵੇਟ ਸਕੂਲਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਕੂਲਾਂ ਦੇ ਬਾਹਰ ਨੋਟਿਸ ਬੋਰਡ ਲਾ ਦਿੱਤਾ ਹੈ ਜਿਸ 'ਚ ਬੱਚਿਆਂ ਦੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਦੇ ਨਾਵਾਂ ਦੀ ਲਿਸਟ ਦੱਸੀ ਗਈ ਹੈ ਸਕੂਲ ਵਾਲਿਆਂ ਨੇ ਇਹ ਵੀ ਦੱਸਿਆ ਹੈ ਕਿ ਬੱਚੇ ਆਨਲਾਈਨ ਵੀ ਕਿਤਾਬਾਂ ਮੰਗਵਾ ਸਕਦੇ ਨੇ ਬਾਜ਼ਾਰ ਤੋਂ ਵਰਦੀਆਂ ਖਰੀਦ ਸਕਦੇ ਨੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਕਿਤਾਬਾਂ ਤੇ ਵਰਦੀ ਸਬੰਧੀ ਬੱਚਿਆਂ ਦੇ ਮਾਤਾ ਪਿਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅੱਜ ਧਰਤੀ ਦੇ ਨਾਲ ਟਕਰਾ ਸਕਦਾ ਹੈ ਸੋਲਰ ਸਟਾਰਮ ਰੇਡੀਏਸ਼ਨ ਨਾਲ ਬਲੈਕਆਊਟ ਮੋਬਾਈਲ ਖਰਾਬ ਹੋਣ ਦਾ ਖਤਰਾ ਕੁਝ ਮਹੀਨਿਆਂ ਤੋਂ ਸੂਰਜ ਅਤੇ ਰਹਾਸਮਈ ਸਰਗਰਮੀਆਂ ਵਧਣ ਨੂੰ ਵੈਖਣ ਨੂੰ ਮਿਲ ਰਹੀਆਂ ਨੇ ਹਾਲੀ ਦੇ ਵਿੱਚ 11 ਅਪ੍ਰੈਲ ਨੂੰ ਸੂਰਜ ਤੇ ਮੌਜੂਦਾ ਇੱਕ ਡੈਡ ਸਟਾਪ ਜ਼ੋਰਦਾਰ ਧਮਾਕਾ ਹੋਇਆ ਜੋ ਕਿ ਧਰਤੀ ਦੇ ਲਈ ਖਤਰਾ ਸਾਬਤ ਹੋ ਸਕਦਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਪਾਰਟ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਰਕੇ ਧਰਤੀ ਤੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਜੀਓ ਮੈਗਨੇਟਿਕ ਸਟਾਰਮ ਆਏਗਾ ਜਿਸ ਨਾਲ ਰਾਤ ਨੂੰ ਬਲੈਕਆਊਟ ਅਤੇ ਇਲੈਕਟ੍ਰੋਨਿਕਸ ਡਿਵਾਈਸ ਖਰਾਬ ਹੋਣ ਦਾ ਖਤਰਾ ਹੈ ਇੱਕ ਤਰ੍ਹਾਂ ਦਾ ਸੌਰ ਤੂਫਾਨ ਹੈ ਸੂਰਜ ਤੋਂ ਨਿਕਲਣ ਵਾਲਾ ਇਹ ਧਮਾਕਾ ਜੋ ਪੂਰੇ ਸੌਰ ਮੰਡਲ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ ਧਰਤੀ ਦੀ ਮੈਗਨੇਟਿਕ ਫੀਲਡ ਤੇ ਅਸਰ ਕਰਨ ਵਾਲੀ ਮੁਸੀਬਤ ਹੈ ਤੇ ਇਸ ਨਾਲ ਧਰਤੀ ਦੇ ਆਲੇ-ਦੁਆਲੇ ਦੇ ਵਾਤਾਵਰਣ ਦੀ ਊਰਜਾ ਤੇ ਵੀ ਅਸਰ ਪੈਂਦਾ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਚੇਤਾਵਨੀ ਪਾਰਟੀ ਤੋੜਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਨਵਜੋਤ ਸਿੱਧੂ ਤੇ ਸਵਾਲ ਟਾਲਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਜਲਦੀ ਹੀ ਸੱਤਾ 'ਚ ਵਾਪਸੀ ਕਰਾਂਗੇ। ਉਹਨਾਂ ਨੇ ਕਿਹਾ ਸਾਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਾਰਟੀ ਅੰਦਰਲੀ ਤਰੇਬੰਦੀ ਕਾਰਨ ਸਾਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਮੈਂ ਕਹਿਣਾ ਚਾਹਾਂਗਾ ਕਿ ਚੀਜ਼ਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਰੱਖਣਾ ਚਾਹੀਦਾ ਹੈ ਨਾ ਕਿ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਣਾ ਚਾਹੀਦਾ ਇਹ ਕਮਜ਼ੋਰੀਆਂ ਦੂਰ ਹੁੰਦੇ ਅਸੀਂ ਸੱਤਾ ਦੇ ਵਿੱਚ ਵਾਪਸ ਆਵਾਂਗੇ ਵੜਿੰਗ ਨੇ ਕਿ ਮੈਂ ਸਾਰੇ ਸੀਨੀਅਰ ਅੰਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਾਂਗਰਸ ਨੂੰ ਕਮਜ਼ੋਰ ਨਾ ਕੀਤਾ ਜਾਵੇ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਦੇ ਨਾਲੋਂ ਚੰਗੇ ਹਨ ਸੀਐਮ ਮਾਨ ਨੇ ਕਣਕ ਦੀ ਖਰੀਦ ਨੂੰ ਲੈ ਕੇ ਖਰੀਦ ਏਜੰਸੀਆਂ ਨੂੰ ਦਿੱਤਾ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਮੀ ਰੁਕਣ ਦੇ ਕੁਝ ਘੰਟੇ ਅੰਦਰ ਮੰਡੀਆਂ ਦੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਇਹ ਪ੍ਰਗਟਾਵਾ ਅੱਜ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕਿਸਾਨਾਂ ਦੀ ਭਲਾਈ ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਮੌਸਮ ਖਰਾਬ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਗੌਰਤਲਬਾਗ਼ੀ ਸੂਬੇ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਹੈ ਜਿਸ ਕਰਕੇ ਮੰਡੀਆਂ ਦੇ ਕੰਮਕਾਜ ਵਿੱਚ ਸਥਾਈ ਵਿਘਨ ਪੈਣ ਦੀ ਸੰਭਾਵਨਾ ਇਸ ਦੌਰਾਨ ਮੁੱਖ ਮੰਤਰੀ ਨੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਮੰਡੀ ਬੋਰਡ ਮਾਰਕੀਟ ਪੰਸਪਤ ਅਤੇ ਐਫਸੀਆਈ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਦੇਰ ਸ਼ਾਮ ਮੀਟਿੰਗ ਕਰਕੇ ਸੂਬੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਥਿਤੀ ਦਾ ਜਾਇਜ਼ਾ ਲੈਣਗੇ ਪੰਜਾਬ ਦੀ ਲੜਕੀ ਨੇ ਮੈਟਰੋ ਸਟੇਸ਼ਨ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਪੰਜਾਬ ਦੀ ਹਰਿਆਣਾ ਦੀ ਰਹਿਣ ਵਾਲੀ ਇੱਕ ਗੁੰਗੀ ਅਤੇ ਬੋਲੀ ਲੜਕੀ ਨੇ ਦਿੱਲੀ ਦੇ ਅਕਸ਼ਰਤਾ ਮੈਟਰੋ ਸਟੇਸ਼ਨ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਦੇ ਜਵਾਨਾਂ ਨੇ ਬੱਚੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਬਚਾਅ ਕਰਦੇ ਸਮੇਂ ਲੜਕੀ ਦਾ ਪੈਰ ਜ਼ਮੀਨ ਨਾਲ ਟਕਰਾ ਗਿਆ ਜਿਸ ਕਰਕੇ ਲੜਕੀ ਦੀ ਇੱਕ ਲਾਤ ਅਤੇ ਪਿੱਠ ਤੇ ਗੰਭੀਰ ਸੱਟਾਂ ਲੱਗੀਆਂ ਲੜਕੀ ਨੂੰ ਨੇੜਲੇ ਲਾਲ ਬਹਾਦਰੀ ਸ਼ਾਸਤਰ ਹਸਪਤਾਲ ਚੋਂ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਪੀਐਸਪੀਸੀਐਲ ਦੀ ਸੂਬਾ ਸਲਾਹਕਾਰ ਸਰਕਾਰ ਨੂੰ ਸਲਾਹ ਆਗਾਮੀ ਮਾਨਸੂਨ ਚ ਮਹੀਨਿਆਂ ਚ ਲਾਗੂ ਕੀਤਾ ਜਾਵੇ ਮੁਫਤ ਬਿਜਲੀ ਪਲਾਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬੇ ਦੇ ਵਿੱਚ 300 ਜੁਨਟ ਮੁਫਤ ਬਿਜਲੀ ਦੇਣ ਦੇ ਆਪਣੇ ਵਾਅਦੇ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੁੰਦੀ ਹੈ ਸੂਬੇ ਦਾ ਬਿਜਲੀ ਵਿਭਾਗ ਕੋਡ ਨੂੰ ਇਹ ਕਦਮ ਚੁੱਕਣ ਵਿੱਚ ਅਸਮਰੱਥ ਨਹੀਂ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਾਫ਼ ਕਰ ਦਿੱਤਾ ਹੈ ਗਰਮੀ ਦੇ ਇਸ ਮੌਸਮ ਵਿੱਚ ਸੂਬੇ ਕੋਲੇ ਨਾ ਤਾਂ ਇੰਨੀ ਬਿਜਲੀ ਹੈ ਤੇ ਨਾ ਹੀ ਕੋਲਾ ਉਪਲਬਧ ਹੈ ਜਿਹੜੀ 300 ਬਿਜਲੀ ਦਿੱਤੀ ਜਾ ਸਕੇ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤਾ ਕਿ ਉਹ 16 April ਨੂੰ ਮੁਫਤ ਬਿਜਲੀ ਸੰਬੰਧੀ ਐਲਾਨ ਕਰਨ ਜਾ ਰਹੇ ਹਨ ਪਰ ਉਧਰੋਂ ਪੀਐਸਪੀਸੀਐਲ ਦੀ ਸੂਬਾ ਸਰਕਾਰ ਨੂੰ ਸਲਾਹ ਹੈ ਕਿ ਅਗਲੇ ਮਾਨਸੂਨ ਦੇ ਮਹੀਨਿਆਂ ਤੋਂ ਲਾਗੂ ਕੀਤਾ ਜਾਵੇ ਮੁਫਤ ਬਿਜਲੀ ਪਲਾਨ ਜ਼ਿਆਦਾ ਜਾਣਕਾਰੀ ਲਈ ਚੈਨਲ ਦੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ ਜੁਲਾਈ ਦੇ ਵਿੱਚ ਨਹੀਂ ਹੁਣ ਅਗਸਤ ਦੇ ਵਿੱਚ ਹੋਏਗੀ ਜੇਈ ਐਡਵਾਂਸ 2022 ਪ੍ਰੀਖਿਆ ਸੰਜੀ ਪ੍ਰਵੇਸ਼ ਪ੍ਰੀਖਿਆ ਐਡਵਾਂਸ 2022 ਲਈ ਪ੍ਰੀਖਿਆ ਦੀਆਂ ਤਰੀਕਾ ਬਦਲ ਦਿੱਤੀਆਂ ਗਈਆਂ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ 28 ਅਗਸਤ ਨੂੰ ਜੇਈ ਐਡਵਾਂਸ ਦੀ ਪ੍ਰੀਖਿਆ ਕਰਵਾਏਗੀ ਪਹਿਲਾਂ ਇਹ ਪ੍ਰੀਖਿਆ 3 ਜੁਲਾਈ ਨੂੰ ਹੋਣੀ ਸੀ ਜੇਈ ਐਡਵਾਂਸ 2022 ਲਈ ਅਰਜੀ ਪ੍ਰਕਿਰਿਆ 7 ਤੋਂ 11 ਅਗਸਤ 2022 ਤੱਕ ਲਈ ਜਾਵੇਗੀ ਅਰਜੀ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 12 ਅਗਸਤ ਹੈ ਸਿੱਖ ਫਾਰ ਜਸਟਿਸ ਦੀ 29 ਅਪ੍ਰੈਲ ਨੂੰ ਡੀਸੀ ਦਫ਼ਤਰਾਂ ਤੇ ਖਾਲਿਸਤਾਨੀ ਚੰਡਲ ਹਰਾਉਣ ਦੀ ਧਮਕੀ ਸੁਰੱਖਿਆ ਜਨਸੀਆਂ ਚੌਕਸ ਪਾਬੰਦੀਸ਼ੂਦਾ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਹਰਿਆਣਾ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦਿੱਤੀ ਐਸডিএফ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 29 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਅੰਬਾਲਾ ਤੱਕ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਖਾਲਿਸਤਾਨ ਦਾ ਚੰਡਲ ਹਰਾ ਜਾਵੇਗਾ ਪੰਨੂ ਦੀ ਧਮਕੀ ਤੋਂ ਬਾਅਦ ਸੁਰੱਖਿਆ ਜਨਸੀਆਂ ਚੌਕਸ ਹੋ ਗਈਆਂ ਨੇ ਕਾਰ ਸੇਵਾ ਵਾਲੇ ਸੰਤ ਬਾਬਾ ਗੁਰਚਰਨ ਸਿੰਘ ਠੱਟਾ ਪੁਰਾਣਾ ਦੇ ਅੰਤਮ ਸੰਸਕਾਰ ਮੌਕੇ ਮਾਹੌਲ ਤਣਾਪੂਰਨ ਅੰਤਮ ਸੰਸਕਾਰ ਦੇ ਮੌਕੇ ਤਖਤਸਿਰੀ ਪੜਨਾ ਸਾਹਿਬ ਦੇ ਸਾਫਕਾ ਜ세ਦਰ ਪਾਈ ਇਕਬਾਲ ਸਿੰਘ ਵੱਲੋਂ ਅਰਦਾਸ ਕਰਨ ਮੌਕੇ ਆਪਣੇ ਤੌਰ ਤੇ ਡੇਰੇ ਦੇ ਅਗਲਾ ਸੇਵਾਦਾਰ ਅਲਾਨੇ ਜਾਣ ਤੋਂ ਬਾਅਦ ਇਲਾਕੇ ਦੀ ਸੰਗਤ ਨੇ ਭਾਰੀ ਰੋਸ ਕੀਤਾ ਇਸ ਦੌਰਾਨ ਇਕਬਾਲ ਸਿੰਘ ਦੀ ਖਿੱਚਤੂ ਹੋਈ ਮੌਕੇ ਤੇ ਭਾਰੀ ਫੋਰਸ ਦੇ ਨਾਲ ਪਹੁੰਚੇ ਡੀਐਸਪੀ ਰਕੇਸ਼ ਕੱਕੜ ਨੇ ਸਥਿਤੀ ਨੂੰ ਸੰਭਾਲ ਲਿਆ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਇੱਕ ਕਟੌਤੀ ਲੋਕਲ ਸਬਜ਼ੀ ਆਉਣ ਲੱਗ ਗਈ ਹੈ ਜਿਸ ਕਰਕੇ ਸਬਜ਼ੀ ਦੀਆਂ ਕੀਮਤਾਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਕੀਮਤਾਂ ਕੁਝ ਹੋਰ ਤੇ ਡਿਟੇਲ ਦੇ ਵਿੱਚ ਕੁਝ ਹੋਰ ਹੈ ਸੋ ਕਿਉਂਕਿ ਰਿਟੇਲ ਵਿਕਰੇਤਾ ਨੇ ਸਬਜ਼ੀ ਘੱਟ ਲੈਣੀ ਹੁੰਦੀ ਹੈ ਸਬਜ਼ੀ ਖਰਾਬ ਹੋਣ ਦਾ ਰਿਸਕ ਹੁੰਦਾ ਹੈ। ਗਰਮੀ ਲਗਾਤਾਰ ਵੱਧ ਰਹੀ ਹੈ ਪਰ ਫਿਰ ਵੀ ਸਬਜ਼ੀ ਸਸਤੀ ਹੁੰਦੀ ਦਿਖਾਈ ਦੇ ਰਹੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਨਵੇਂ ਐਸਐਸਪੀ ਸੰਦੂ ਸਾਹਮਣੇ ਵੱਡੀਆਂ ਚੁਣੌਤੀਆਂ ਦਾ ਟੇਰ ਸ਼ਹਿਰ ਦੇ ਵਿੱਚ ਕ੍ਰਾਈਮ ਅਤੇ ਨਸ਼ਾ ਮੁਕਤ ਹੋਵੇਗਾ ਪੰਜਾਬ ਸਰਕਾਰ ਵੱਲੋਂ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲਿਆਂ ਤਹਿਤ ਪੰਜਾਬ ਪੁਲਿਸ ਬਟਾਲਾ ਦੇ ਪਹਿਲੇ ਐਸਐਸਪੀ throb ਗੌਰਵ ਤੁਰਾ ਦੇ ਕੀਤੇ ਤਬਾਦਲੇ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਦੇ ਕਮਾਂਡ ਰਾਜਪਾਲ ਸੰਦੂ ਤੇ ਨਵੇਂ ਐਸਐਸਪੀ ਬਟਾਲਾ ਨੇ ਸੰਭਾਲ ਲਈ ਹੈ ਜੀ ਪੁਲਿਸ ਵੱਲੋਂ ਨਵੀਆਂ ਚੁਣੌਤੀਆਂ ਦਾ ਕਦਮ ਤੱਟਾ ਗਿਆ ਹੈ ਤੇ ਇਸ ਬਾਰੇ ਨਵੇਂ ਆਉਣ ਵਾਲੇ ਪੁਲਿਸ ਮੁਖੀ ਨੂੰ ਜਾਣੂ ਕਰਵਾਇਆ ਗਿਆ ਹੈ ਹਾਰ ਦੇ ਕਾਰਨਾਂ ਦਾ ਜਾਇਜ਼ਾ ਲੈ ਰਹੇ ਹਾਂ ਇੱਕ ਵਾਰ ਫਿਰ ਇਕਜੁੱਟ ਹੋ ਕੇ ਲੜਾਂਗੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤੇਰੇ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੱਡਾ ਬਿਆਨ ਦਿੱਤਾ ਜੀ ਉਹ ਉਪਰ ਨੇਤਾ ਡਾਕਟਰ ਰਾਜਕੁਮਾਰ ਚੱਬੇਵਾਲ ਸਾਬਕਾ ਮੰਤਰੀ ਰਾਣਗੁਰਜੀਤ ਸਿੰਘ ਵਿਧਾਇਕ ਲਾਡੀ ਸ਼ੇਰੋ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਦਬਾਬੇ ਦੇ ਹੋਰ ਵੱਡੇ ਆਗੂਆਂ ਦੇ ਨਾਲ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਪੁੱਛੇ ਆਗੂ ਨੇ ਜਲੰਧਰ ਵੈਸਟ ਚੋਂ ਸਾਬਕਾ ਕਾਂਗਰਸੀ ਵਿਧਾਇਕ ਸੋ ਸਿਸ਼ੀਲ ਰਿੰਕੂ ਦੇ ਕਾਰਕਰਵਾਏ ਪ੍ਰੋਗਰਾਮ ਦੇ ਵਿੱਚ ਭਾਸ਼ਣ ਦਿੱਤਾ ਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ। ਭਗਵੰਤ ਮਾਨ ਦਾ ਸ਼ਰਾਬੀ ਹਾਲਤ ਚੋਂ ਤਖਤ ਸਾਹਿਬ ਤੇ ਜਨਮ ਮਰਿਆਦਾ ਦੇ ਉਲੰਘਣਾ ਸ਼੍ਰੋਮਣੀ ਕਮੇਟੀ ਨੇ ਕਿਹਾ ਮਾਫੀ ਮੰਗਣ ਬੀਤੇ ਕੱਲ ਖਾਲਸਾ ਸਾਜਨਾ ਦਿਵਸ ਦੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਾਬੀ ਹਾਲਤ ਵਿੱਚ ਜਾਨ ਨੂੰ ਸਿੱਖ ਮਰਿਆਦਾ ਅਤੇ ਗੁਰੂ ਘਰ ਦੇ ਸਤਕਾਰ ਵਿਰੋਧ ਕਰਾਰ ਦਿੱਤਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਸੀਨੀਅਰ ਮੀਤ ਪ੍ਰਧਾਨ ਰਾਗੂਜੀਤ ਸਿੰਘ ਵਿਰਕ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਜਥੇ ਜਨਰਲ ਸਕੱਤਰ ਜਥੇਦਾਰ ਕਰਨਾਲ ਸਿੰਘ ਪੰਜੋਲੀ ਨੇ ਦੋਸ਼ ਲਾਉਂਦਿਆਂ ਕਿ ਮੁੱਖ ਮੰਤਰੀ ਦਾ ਗੁਰੂ ਘਰ ਦੇ ਸਤਕਾਰ ਨੂੰ ਪੁੱਲਣਾ ਸਵਿਵਧਾਨਕ ਅਹੁਦੇ ਦੀ ਤੋਹੀਨ ਹੈ ਤੇ ਇਸ ਦੇ ਨਾਲ ਆ ਨੈਤਿਕਤਾ ਦਾ ਵੀ ਸਿਖਰ ਹੈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਭਗਵੰਤ ਮਾਨ ਦੇ ਸ਼ਰਾਬ ਪੀ ਕੇ ਤਖਤ ਸਾਹਿਬ ਤੇ ਮੱਥਾ ਟੇਕਣ ਦੇ ਸਖਤ ਨੁਕਤੇ ਜਿੰਨੀ ਕਰਦਿਆ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਨਜ਼ਰ ਆਇਆ ਕਿ ਉਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਇਸੇ ਕਰਕੇ ਉਹ ਠੀਕ ਠਾਕ ਨਾਲ ਗੱਲਬਾਤ ਨਹੀਂ ਕਰ 파 ਰਹੇ ਸਨ। ਪ੍ਰੇਮ ਸਬੰਧਾਂ ਵਿੱਚ ਲੜਕੀ ਘਰ ਛੱਡ ਕੇ ਜਾਂਦੀ ਹੈ ਤਾਂ ਇਹ ਅਗਵਾ ਦਾ ਮਾਮਲਾ ਨਹੀਂ ਛਤੀਸਗੜ ਹਾਈ ਕੋਰਟ ਨੇ ਬिलासपुर ਦੇ ਵੱਡਾ ਫੈਸਲਾ ਸੁਣਾਇਆ ਜੀ ਅਦਾਲਤ ਨੇ ਕਿਹਾ ਕਿ ਪ੍ਰੇਮ ਸਬੰਧਾਂ ਵਿੱਚ ਜੇਕਰ ਕੋਈ ਨਵਾਲਕ ਲੜਕੀ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਨਾਲ ਚਲੀ ਜਾਂਦੀ ਹੈ ਤਾਂ ਇਹ ਅਗਵਾ ਦਾ ਮਾਮਲਾ ਨਹੀਂ ਅਦਾਲਤ ਨੇ ਇਸ ਨੂੰ ਅਗਵਾ ਦਾ ਜੁਰਮ ਨਹੀਂ ਮੰਨਿਆ ਛਤੀਸਗੜ ਹਾਈ ਕੋਰਟ ਬिलासपुरਾ ਦੇ ਪ੍ਰੇਮ ਸਬੰਧਾਂ ਦੇ ਮਾਮਲੇ 'ਚ ਸੁਣਵਾਈ ਕਰਦੇ ਹੋਏ ਵੱਡਾ ਫੈਸਲਾ ਸੁਣਾਇਆ ਹੈ ਕੇਂਦਰ ਸਰਕਾਰ ਕਿਸਾਨਾਂ ਤੋਂ 2000 ਰੁਪਏ ਕਵਾਂਟਲ ਕਣਕ ਖਰੀਦ ਅੱਗੇ 3500 ਰੁਪਏ ਚ ਵੇਚ ਰਹੀ ਨਵਜੋਤ ਸਿੱਧੂ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਅੱਜ ਅਨਾਜ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਮਿਲਣ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਸਿੱਧੂ ਨੇ ਕਿਹਾ ਕਿ ਕਿਸਾਨਾਂ ਤੋਂ 2000 ਰੁਪਏ ਪ੍ਰਤੀ ਕਵਾਂਟਲ ਕਣਕ ਖਰੀਦ ਕੇ ਅੰਤਰਰਾਸ਼ਟਰੀ ਪੱਧਰ ਤੇ 3500 ਰੁਪਏ ਪ੍ਰਤੀ ਕਵਾਂਟਲ ਵੇਚੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਘੱਟੋ-ਘੱਟ 500 ਰੁਪਏ ਮਾਫਿਆ ਜ਼ਰੂਰ ਦਿੱਤਾ ਜਾਵੇ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸੰਤਾ ਪਾਰਟੀ ਦੇ ਪ੍ਰਧਾਨ ਸੰਤਾ ਪੈਟਰੋਲ ਅਤੇ ਡੀਜ਼ਲ ਦੇ ਰੇਟ 10 ਰੁਪਏ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਸੀ। ਸਾਬਕਾ ਸੀਐਮ ਚੰਨੀ ਨੇ ਈਡੀ ਤੇ ਮੋੜ ਸਕੰਜਾ ਸੀਐਮੂ ਚ ਰਹਿ ਅਫਸਰਾਂ ਦੀ ਹੋਵੇਗੀ ਪੁੱਛਗਿੱਛ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਗੈਰ ਕਾਨੂੰਨੀ ਰੇਟ ਮਾਈਨਿੰਗ ਅਧਿਕਾਰੀਆਂ ਦੀ ਪੋਸਟਿੰਗ ਅਤੇ ਤਬਾਦਲਿਆਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਮੋੜ ਸਕੰਜਾ ਕੱਸਿਆ ਗਿਆ ਜੀਡੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ 5.5 ਘੰਟੇ ਪੁੱਛਗਿੱਛ ਕੀਤੀ ਕਿਸ ਤਰ੍ਹਾਂ ਚੰਨੀ ਈਡੀ ਦੇ ਵੱਲੋਂ ਪੁੱਛੇ ਗਏ। ਸਵਾਲਾਂ ਦੇ ਜਵਾਬ ਵਿੱਚ ਪੱਲਾ ਝਾੜ ਦੇ ਨਜ਼ਰਾਏ ਪੁੱਛ ਗਿਜ ਦੌਰਾਨ ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਅਧਿਕਾਰੀਆਂ ਦੇ ਤਬਾਦਲੇ ਪੋਸਟਿੰਗ ਬਾਰੇ ਸਵਾਲ ਪੁੱਛੇ ਅਧਿਕਾਰੀਆਂ ਦੀ ਤਨਾਇਟੀ ਦੇ ਤਬਾਦਲੇ ਦੇ ਸਵਾਲਾਂ ਤੇ ਚੰਨੀ ਨੇ ਚੁੱਪ ਵੱਟੀ ਰਹੀ ਇਹ ਵੀ ਚਰਚਾ ਕੀਤੀ ਕਿ ਈਡੀ ਵੱਲੋਂ ਉਹਨਾਂ ਦੇ ਅਧਿਕਾਰੀਆਂ ਤੋਂ ਇਹ ਪੁੱਛ ਗਿਜ ਕੀਤੀ ਜਾਵੇਗੀ ਜੋ ਚੰਨੀ ਦੇ ਕਾਰਜਕਾਲ ਦੇ ਦੌਰਾਨ ਸੀਐਮਓ ਵਿੱਚ ਮੌਜੂਦ ਸਨ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ਲਾवारਸ ਪਸ਼ੂਆਂ ਦੀ ਸਮੱਸਿਆ ਦਾ ਹੋਏਗਾ ਪੱਕਾ ਹੱਲ ਕੇਂਦਰ ਸਰਕਾਰ ਦਾ ਪੂਰਾ ਭਲੇਣ ਨੀਤੀਯੋਗ ਗਾਂ ਦੇ ਗੋਹੇ ਨੂੰ ਵਪਾਰਕ ਵਰਤੋਂ ਦੇ ਕਿਸਾਨਾਂ ਦੇ ਬੋਝ ਬਨਣ ਵਾਲੇ ਵਾਰਾ ਪਛਮਾ ਦੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਹੱਲ ਕਰਨ ਦੇ ਲਈ ਕਾਰਜ ਯੋਜਨਾ ਤੇ ਕੰਮ ਕਰ ਰਹੀ ਹੈ ਨੀਤੀਯੋਗ ਦੇ ਮੈਂਬਰ ਮੇਸ਼ ਚੰਦ ਨੇ ਇਹ ਵੀ ਜਾਣਕਾਰੀ ਦਿੰਦਿਆ ਕਿ ਗਊਸ਼ਾਲਾ ਅਰਥਚਾਰੇ ਨੂੰ ਸੁਧਾਰ ਦੇ ਇਸ਼ਕ ਹਨ ਕਮਿਸ਼ਨ ਨੇ ਆਰਥਿਕ ਖੋਜ ਸਮੰਥਨ ਨੈਸ਼ਨਲ ਕਾਉਂਸਲ ਆਫ ਅਪਲਾਈਡ ਇਕਨੋਮਿਕ ਰਿਸਰਚ ਨੂੰ ਵੀ ਗਊਸ਼ਾਲਾ ਅਰਥਚਾਰੇ ਬਾਰੇ ਰਿਪੋਰਟ ਤਿਆਰ ਕਰਨ ਲਈ ਕਿਹਾ ਜੋ ਇਸ ਵਪਾਰ ਖਲਾਬਾ ਨੂੰ ਯਕੀਨੀ ਬਣਾਵੇਗੀ ਰਮੇਸ਼ ਚੰਦਰ ਨੇ ਕਿਹਾ ਜੀ ਅਸੀਂ ਸਿਰਫ ਇਹੀ ਦੇਖ ਰਹੇ ਹਾਂ ਕਿ ਗਊਸ਼ਾਲਾ ਅਰਥਚਾਰੇ ਦੇ ਸੁਧਾਰ ਦੀਆਂ ਕੀ ਸੰਭਾਵਨਾਵਾਂ ਨੇ ਅਸੀਂ ਇੰਨਾਂ ਸੰਭਾਵਨਾਵਾਂ ਨੂੰ ਦੇਖ ਰਹੇ ਹਾਂ ਕਿ ਗਊਸ਼ਾਲਾ ਤੋਂ ਪ੍ਰਾਪਤ ਹੋਣ ਵਾਲੇ ਸਹਿ ਉਤਪਾਦ ਦਾ ਮਤਲਬ ਗੋਏ ਦੇ ਨਾਲ ਆਮਦਨੀ ਪ੍ਰਾਪਤ ਕੀਤੀ ਜਾ ਸਕੇ ਕਮਾਈ ਵਾਲੀ ਕੋਈ ਹੋਰ ਚੀਜ਼ ਬਣਾ ਸਕਦੇ ਹਾਂ ਬਿਜਲੀ ਚੋਰ ਸਾਵਧਾਨ ਬਿਜਲੀ ਕੰਮੇ ਕਰਨਗੇ ਕਰਾਂ ਦੀ ਅਚਾਨਕ ਜਾਂਚ ਲੋਡ ਜ਼ਿਆਦਾ ਹੋਣ ਦੇ ਮੌਕੇ ਤੇ ਹੋਵੇਗੀ ਕਾਰਵਾਈ ਪਾਵਰ ਕਮਨ ਨੇ ਮਹਾਨਗਰਾਂ ਵਿੱਚ ਟਰਾਂਸਫਾਰਮਰ ਨੂੰ ਅਪਗ੍ਰੇਡ ਕੀਤਾ ਗਰਮੀ ਵਧਨ ਨਾਲ ਟਰਾਂਸਫਾਰਮਰ ਤੇ ਲੋਡ ਵਧ ਰਿਹਾ ਜੀ ਪਾਵਰ ਕਾਮਨ ਦੇ ਕਰਮਚਾਰੀ ਰੋਜ਼ਾਨਾ ਲੋਡ ਦੀ ਜਾਂਚ ਕਰਨਗੇ ਹੁਣ ਵੀ ਕਈ ਖਪਤਕਾਰਾਂ ਨੂੰ ਘਰਾਂ ਦਾ ਲੋਡ ਵਧਾ ਕੇ ਦਿੱਤਾ ਹੈ ਜਿਸ ਤੋਂ ਪਾਵਰ ਕਾਮਨ ਜਾਣ ਹੈ ਤੇ ਜੇਕਰ ਟਰਾਂਸਫਾਰਮਰ ਤੇ ਜ਼ਿਆਦਾ ਲੋਡ ਵੱਜ ਜਾਂਦਾ ਤਾਂ ਨਤੀਜਾ ਨੁਕਸ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਹੁਣ ਪਾਵਰ ਕਾਮ ਘਰਾਂ ਦੇ ਲੋਡ ਦੀ ਜਾਂਚ ਕਰਨ ਦੇ ਲਈ ਅਚਨ-ਚੇਤਨ ਨਰੀਖਣ ਕਰਨ ਜਾ ਰਿਹਾ ਹੈ ਪਾਵਰ ਕਾਮ ਦੇ ਕਰਮਚਾਰੀ ਕਿਸੇ ਵੀ ਸਮੇਂ ਤੁਹਾਡੇ ਘਰ ਤੇ ਛਾਪਾ ਮਾਰ ਸਕਦੇ ਨੇ ਜੇਕਰ ਮਕਾਨ ਦਾ ਲੋਡ ਨਿਰਧਾਰਤ ਤੋਂ ਵੱਧ ਹੁੰਦਾ ਤਾਂ ਮੌਕੇ ਤੇ ਜੁਰਮਾਨੇ ਦੇ ਨਾਲ-ਨਾਲ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਭਾਰਤ ਸਰਕਾਰ ਨੂੰ ਹੋਈ ਉਮੀਦ ਤੋਂ ਵੱਧ ਕਮਾਈ ਰਿਕਾਰਡ ਟੈਕਸ ਕਲੈਕਸ਼ਨ ਦੇ ਨਾਲ ਭਰਿਆ ਸਰਕਾਰੀ ਖਜ਼ਾਨਾ ਲਗਾਤਾਰ ਵਗਦ ਰਹੀ ਮੰਗਿਆਈ ਦੇ ਵਿੱਚ ਕੰ ਚੰਗੀ ਖਬਰ ਆਈ ਅੱਜ ਜਿੱਥੇ ਆਮ ਜਨਤਾ ਟੈਕਸਾਂ ਦੇ ਬੋਝ ਹੇਠਾ ਦੱਬੀ ਦੂਜੇ ਪਾਸੇ ਸਰਕਾਰ ਦੇ ਖਜ਼ਾਨੇ ਵਿੱਚ ਟੈਕਸ ਦਾ ਪੈਸਾ ਆ ਰਿਹਾ ਜੀ ਵਿੱਤ ਮੰਤਰਾਲੇ ਨੇ 2021-22 ਦੇ ਟੋਲ ਕੋਲ ਟੈਕਸ ਕਲੈਕਸ਼ਨ ਦੇ ਵੇਰਵੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਸਿੱਧੇ ਟੈਕਸ ਚ 49% ਤੇ ਆ ਸਿੱਧੇ ਟੈਕਸ ਦੇ ਵਿੱਚ 30% ਮਜ਼ਬੂਤ ਵਾਦਾ ਹੋਇਆ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ